ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚੋਣ ਪ੍ਰਧਾਨ ਬਾਬਾ ਮਸਤਨੂਰ ਸਿੰਘ ਸੁਲਤਾਨੀ, ਜੋ 13 ਫਰਵਰੀ ਤੋਂ ਲੈ ਕੇ ਜੋ 2 ਫੋਰਮਾਂ ਵੱਲੋਂ ਜੋ ਧਰਨਾ ਚੱਲ ਰਿਹਾ ਸੰਭੂ ਬਾਰਡਰ ਦੇ ਉੱਤੇ, ਜਿਹੜਾ ਹਰਿਆਣੇ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਨੇ ਜਿਹੜਾ ਜੋ ਉੱਥੇ ਤਸ਼ੱਦਦ ਕੀਤਾ, ਅਤੇ ਸਾਡਾ ਜਿਹੜਾ ਸ਼ਹੀਦ ਸ਼ੁਭਕਰਨ ਜਿਹਨੂੰ ਖਨੌਰੀ ਬਾਰਡਰ ਦੇ ਉੱਤੇ ਗੋਲੀਆਂ ਨਾਲ ਜਿਹੜਾ ਸ਼ਹੀਦ ਕੀਤਾ ਗਿਆ, ਉਹਦੇ ਸੰਬੰਧ ਦੇ ਵਿੱਚ ਜੋ ਦੋਵਾਂ ਫੋਰਮਾਂ ਦਾ ਜੋ ਫੈਸਲਾ ਕਿ ਅਸੀਂ ਜਿਹੜਾ ਕੇਂਦਰ ਦੀ ਬੀਜੇਪੀ ਸਰਕਾਰ ਆ, ਜਦੋਂ ਉਹਨਾਂ ਨੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਜਿਹੜਾ ਆਉਣਾ, ਉਹ ਜਿਹੜੇ ਅਸੀਂ ਆਹ ਵੇਖ ਸਕਦੇ ਤੁਸੀਂ ਵੀ ਆਪਾਂ ਵੀ ਸਾਡਾ ਕੀ ਕਸੂਰ ਆ, ਅਤੇ ਉਹ ਜਿਹੜੀਆਂ 12 ਮੰਗਾਂ ਨੇ, ਅਤੇ ਅਸੀਂ ਜਿਹੜਾ ਦਿੱਲੀ ਕਿਉਂ ਨਹੀਂ ਜਾ ਸਕਦੇ, ਅਤੇ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਤਾਂ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਕੀ ਲੈਣ ਆਉਂਦੇ ਹੋ। ਸੋ ਉਹਦੇ ਵਿਰੋਧ ਦੇ ਵਿੱਚ ਜਿਹੜਾ ਅਸੀਂ ਆਪਣਾ ਵਿਰੋਧ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਕਰਨਾ, ਸੋ ਉਹਦੇ ਵਿੱਚ ਜਿਹੜਾ ਅਸੀਂ ਜਿਹੜਾ ਸਰਕਾਰ ਉਹਨਾਂ ਕਿਵੇਂ ਅੰਦੋਲਨ ਜਿਹੜਾ ਉਹ ਚੱਲਦਾ ਰਹਿਣਾ, ਜਿੰਨਾ ਚਿਰ ਸਾਡੀ ਜਿਹੜੀ ਆ MSP C-52 ਦੇ ਮੁਤਾਬਕ ਜਿਹੜਾ ਉਹ ਸਾਨੂੰ ਰੇਟ ਨਹੀਂ ਮਿਲਦੇ, ਉਹਨਾਂ ਚਿਰ ਜਿਹੜਾ ਸਾਡਾ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਅਤੇ ਜਿਹੜਾ ਡੱਬ ਵਾਲੀ ਬਾਰਡਰ ਆ, ਉੱਥੇ ਜਿਹੜੇ ਮੋਰਚੇ ਚੱਲ ਰਹੇ ਨੇ। ਸੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋਰ ਜਿਹੜਾ ਉਹ ਤਿੱਖਾ ਹੋਊਗਾ ਕਿ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਉਹਨਾਂ ਦਾ ਕਾਲਿਆਂ ਝੰਡਿਆਂ ਦੇ ਨਾਲ ਵਿਰੋਧ ਕਰਾਂਗੇ, ਵਿਰੋਧ ਕਰਕੇ ਅਤੇ ਆਪਾਂ ਉਹਨਾਂ ਨੂੰ ਜਿਹੜੇ ਆਪਣੇ ਸਵਾਲ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਸਵਾਲਾਂ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਿਹੜਾ ਪੁੱਛਾਂਗੇ, ਅਤੇ ਪੁੱਛ ਕੇ ਉਹਨਾਂ ਨੂੰ ਹੱਲ ਕਰਾਉਣ ਵਾਲੇ ਪਾਸੇ ਜੇ ਤੁਸੀਂ ਹੱਲ ਕਰਦੇ ਹੋ ਤਾਂ ਫਿਰ ਸਾਡੇ ਪਿੰਡਾਂ 'ਚ ਵੜਿਓ, ਨਹੀਂ ਤਾਂ ਆਪਾਂ ਪਿੰਡਾਂ ਦੇ ਵਿੱਚ ਜਿਹੜਾ ਨਹੀਂ ਬਣ ਦੇਣਾ। ਸੋ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।